ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਤੁਹਾਨੂੰ ਬਣਾਉਣਾ ਦੱਸੂੰਗੀ ਵਾਲਾ ਡਿਜ਼ਾਇਨ। ਬੜਾ ਹੀ ਪਿਆਰਾ ਲੱਗਦਾ ਇਹ ਡਿਜ਼ਾਇਨ ਬਣਿਆ ਪਿਆ ਅਤੇ ਬਣਦਾ ਵੀ ਬਹੁਤ ਆਸਾਨੀ ਨਾਲ ਆ। ਅਤੇ ਇਸ ਡਿਜ਼ਾਇਨ ਨੂੰ ਬਣਾਉਣ ਦੇ ਲਈ ਸਿਲਾਈ ਦੇ ਉੱਪਰ 9-9 ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਚਾਹੀਦੇ ਨੇ ਅਤੇ 3 ਕੁੰਡੇ ਵੱਧ। ਪਹਿਲੀ ਸਿਲਾਈ ਸਿੱਧੀ ਸਾਈਡ ਪਹਿਲਾ ਕੁੰਡਾ ਬੁਣੋ, ਚਾਹੇ ਬਿਨ ਬੁਣਿਆ ਉਤਾਰੋ, ਤੁਹਾਡੀ ਆਪਣੀ ਮਰਜ਼ੀ ਆ। ਪਰ ਮੈਂ ਇਸ ਨੂੰ ਉਲਟਾ ਬਣੂੰਗੀ। ਧਾਗਾ ਦੂਸਰੀ ਸਾਈਡ, ਇੱਕ ਕੁੰਡਾ ਸਿੱਧਾ, ਧਾਗਾ ਆਪਣੀ ਸਾਈਡ ਕਰਕੇ ਇਸ ਤਰ੍ਹਾਂ ਬਲ ਪਾਵਾਂਗੇ ਸਿਲਾਈ ਉੱਪਰ। 8 ਕੁੰਡੇ ਸਿੱਧੇ ਬਣਾਉਂਗੇ, 1, 2, 3, 4, 5, 6, 7, 8। ਧਾਗਾ ਆਪਣੀ ਸਾਈਡ, ਇੱਕ ਕੁੰਡਾ ਸਿੱਧਾ, ਸਿਲਾਈ ਉੱਪਰ ਇਸ ਤਰ੍ਹਾਂ ਬਲ ਪੈ ਜਾਊ। ਧਾਗਾ ਆਪਣੀ ਸਾਈਡ, 8 ਕੁੰਡੇ ਸਿੱਧੇ ਬਣਾਉਂਗੇ, ਸਿਲਾਈ ਉੱਪਰ ਇਸ ਤਰ੍ਹਾਂ ਬਲ ਪੈ ਜਾਊ। 1, 2, 3, 4, 5, 6, 7, 8। ਧਾਗਾ ਆਪਣੀ ਸਾਈਡ, ਇੱਕ ਕੁੰਡਾ ਸਿੱਧਾ ਅਤੇ ਸਿਲਾਈ ਉੱਪਰ ਇਸ ਤਰ੍ਹਾਂ ਬਲ ਪਾਵਾਂਗੇ, ਅਤੇ ਲਾਸਟ ਦਾ ਕੁੰਡਾ ਉਲਟਾ। ਦੂਸਰੀ ਸਿਲਾਈ ਉਲਟੀ ਸਾਈਡ, ਪਹਿਲਾ ਕੁੰਡਾ ਉਲਟਾ, ਧਾਗਾ ਦੂਸਰੀ ਸਾਈਡ। ਜਿਹੜੇ ਇਹ 2 ਕੁੰਡੇ, ਇੱਕ ਜਾਲੀ ਵਾਲਾ ਅਤੇ ਇੱਕ ਸਿੱਧਾ ਬਣਿਆ ਸੀ, ਇਸ ਨੂੰ ਉਲਟੀ ਸਾਈਡ ਤੋਂ ਵੀ ਸਿੱਧਾ ਬਣਾਉਂਗੇ। 1, 2, ਧਾਗਾ ਆਪਣੀ ਸਾਈਡ, 8 ਕੁੰਡੇ ਉਲਟੇ, 1, 2, 3, 4, 5, 6, 7, 8। ਧਾਗਾ ਦੂਸਰੀ ਸਾਈਡ, 3 ਕੁੰਡੇ ਸਿੱਧੇ, 1, 2, 3। ਧਾਗਾ ਆਪਣੀ ਸਾਈਡ, 8 ਕੁੰਡੇ ਉਲਟੇ, 1, 2, 3, 4, 5, 6, 7, 8। ਧਾਗਾ ਦੂਸਰੀ ਸਾਈਡ, 2 ਕੁੰਡੇ ਸਿੱਧੇ, 1, 2, ਲਾਸਟ ਦਾ ਕੁੰਡਾ ਉਲਟਾ। ਤੀਸਰੀ ਸਿਲਾਈ ਸਿੱਧੀ ਸਾਈਡ, ਪਹਿਲਾ ਕੁੰਡਾ ਉਲਟਾ, ਧਾਗਾ ਦੂਸਰੀ ਸਾਈਡ, 2 ਕੁੰਡੇ ਸਿੱਧੇ, 1, 2। ਸਿਲਾਈ ਉੱਪਰ ਇਸ ਤਰ੍ਹਾਂ ਬਲ ਪਾਵਾਂਗੇ, ਧਾਗਾ ਆਪਣੀ ਸਾਈਡ ਕਰਕੇ, 8 ਕੁੰਡੇ ਸਿੱਧੇ, 1, 2, 3, 4, 5, 6, 7, 8। ਧਾਗਾ ਆਪਣੀ ਸਾਈਡ, 3 ਕੁੰਡੇ ਸਿੱਧੇ ਬਣਾਉਂਗੇ, ਸਿਲਾਈ ਉੱਪਰ ਇਸ ਤਰ੍ਹਾਂ ਪਲ ਪਾਵਾਂਗੇ, 1, 2, 3। ਧਾਗਾ ਆਪਣੀ ਸਾਈਡ, ਸਿਲਾਈ ਉੱਪਰ ਇਸ ਤਰ੍ਹਾਂ ਪਲ ਪਾਵਾਂਗੇ, 8 ਕੁੰਡੇ ਸਿੱਧੇ, 1, 2, 3, 4, 5, 6, 7, 8। ਧਾਗਾ ਆਪਣੀ ਸਾਈਡ, ਸਿਲਾਈ ਉੱਪਰ ਇਸ ਤਰ੍ਹਾਂ ਪਲ ਪਾਵਾਂਗੇ, 2 ਕੁੰਡੇ ਸਿੱਧੇ, 1, 2, ਅਤੇ ਲਾਸਟ ਦਾ ਕੁੰਡਾ ਉਲਟਾ। ਚੌਥੀ ਸਿਲਾਈ ਉਲਟੀ ਸਾਈਡ, ਪਹਿਲਾ ਕੁੰਡਾ ਉਲਟਾ, ਧਾਗਾ ਦੂਸਰੀ ਸਾਈਡ, 1, 2, 3। 3 ਕੁੰਡੇ ਸਿੱਧੇ, ਧਾਗਾ ਆਪਣੀ ਸਾਈਡ, 8 ਕੁੰਡੇ ਉਲਟੇ, 1, 2, 3, 4, 5, 6, 7, 8। ਧਾਗਾ ਦੂਸਰੀ ਸਾਈਡ, 5 ਕੁੰਡੇ ਸਿੱਧੇ, 1, 2, 3, 4, 5। ਧਾਗਾ ਆਪਣੀ ਸਾਈਡ, 8 ਕੁੰਡੇ ਉਲਟੇ, 1, 2, 3, 4, 5, 6, 7, 8। ਧਾਗਾ ਦੂਸਰੀ ਸਾਈਡ, 3 ਕੁੰਡੇ ਸਿੱਧੇ, 1, 2, 3। ਧਾਗਾ ਆਪਣੀ ਸਾਈਡ, ਲਾਸਟ ਦਾ ਕੁੰਡਾ ਉਲਟਾ। 4 ਸਿਲਾਈਆਂ ਕੰਪਲੀਟ ਹੋਈਆਂ। 5ਵੀਂ ਸਿਲਾਈ ਸਿੱਧੀ ਸਾਈਡ, ਪਹਿਲਾ ਕੁੰਡਾ ਉਲਟਾ, ਧਾਗਾ ਦੂਸਰੀ ਸਾਈਡ, 3 ਕੁੰਡੇ ਸਿੱਧੇ, 1, 2, 3। ਧਾਗਾ ਆਪਣੀ ਸਾਈਡ, 8 ਕੁੰਡੇ ਸਿੱਧੇ, 1, 2, 3, 4, 5, 6, 7, 8। ਧਾਗਾ ਆਪਣੀ ਸਾਈਡ, ਬਲ ਪਾਵਾਂਗੇ ਸਿਲਾਈ ਉੱਪਰ, 1, 2, 3, 4, 5 ਕੁੰਡੇ ਸਿੱਧੇ, ਸਿਲਾਈ ਉੱਪਰ ਇਸ ਤਰ੍ਹਾਂ ਬਲ ਪਾਵਾਂਗੇ, 8 ਕੁੰਡੇ ਸਿੱਧੇ, 1, 2, 3, 4, 5, 6, 7, 8। ਧਾਗਾ ਆਪਣੀ ਸਾਈਡ ਕਰਕੇ ਸਿਲਾਈ ਉੱਪਰ ਇਸ ਤਰ੍ਹਾਂ ਬਲ ਪਾਵਾਂਗੇ, 3 ਕੁੰਡੇ ਸਿੱਧੇ, 1, 2, 3, ਲਾਸਟ ਦਾ ਕੁੰਡਾ ਉਲਟਾ।
सेमी सिलाई उल्टी साइड सारी सिलाई सॉरी एक पहला कुंडा उल्टा धागा दूसरी साइड एक दो तीन चार चार कुंडे सीधे धागा अपनी साइड अठ कुंडे उल्टे एक दो तीन चार पाँच पाँच छे सत्त अठ धागा दूसरी साइड एक दो तीन चार पाँच छे सत्त सत्त कुंडे सीधे धागा अपनी साइड अठ कुंडे उल्टे एक दो तीन चार पाँच छे सत्त अठ धागा दूसरी साइड चार कुंडे सीधे एक दो तीन चार लास्ट का कुंडा उल्टा। सातवीं सिलाई सीधी साइड पहला कुंडा उल्टा धागा दूसरी साइड एक दो तीन चार चार कुंडे सीधे तो अगले जड़े ये अठ कुंडे ने चार कुंडे का एक कुंडा करांगे बैक साइड तो इस तरह। जड़े चार कुंडे ने उन्होंने अगे तो इस तरह सिलाई पा के चार कुंडे का एक कुंडा करांगे एक दो तीन चार पाँच छे सत्त सत्त कुंडे सीधे बैक साइड तो चार कुंडिया के बीच सिलाई पा के इस तरह चार कुंडिया का एक कुंडा करांगे अगे तो सिलाई पा के चार कुंडिया के बीच चार कुंडिया का एक कुंडा करांगे थोड़ा लूज करांगे इन्हों इस तरह अगे की सिलाई पा के चार कुंडिया का एक कुंडा करांगे एक दो तीन चार कुंडे सीधे तो लास्ट का कुंडा उल्टा। अठवीं सिलाई उल्टी साइड पहला कुंडा उल्टा धागा दूसरी साइड उल्टी साइड तो सारी सिलाई सीधी सीधी बुन के कंप्लीट करांगे लास्ट का कुंडा उल्टा अपना इन्ह अठ सिलाइयों बार बार रिपीट करते जाओ तो एक शानदार डिजाइन तैयार करते जाओ। वीडियो लाइक शेयर और चैनल सब्सक्राइब जरूर करो जी। थैंक यू।